ਮਿਤੀ ਇੱਕ ਨਾ ਉਹਦੀ ਗੱਲ ਹੈ ਜੀ ਮੰਡੋਰੀ ਖਾਸ ਪਿੰਡ ਦੇ ਵਿੱਚੋਂ ਕਿ ਇਨਫੋਰਮੇਸ਼ਨ ਆਈ ਸੀ ਦਿੱਲੀ ਤੇ ਇੱਕ ਦਲਜੀਤ ਕੌਰ ਨਾਂ ਦੀ ਜਿਹੜੀ ਲੇਡੀ ਹੈ ਉਹਦੇ ਕੋਲੋਂ ਕੁਛ ਪੰਜ ਵਿਅਕਤੀ ਜਿਹੜੇ ਕਿ ਨਿਹੰਗ ਸਿੰਘਾਂ ਦੇ ਮਾਣੇ ਦੇ ਵਿੱਚ ਸੀਗੇ ਉਹ ਬਲੈਰੋ ਗੱਡੀ 'ਤੇ ਆਏ ਅਤੇ ਉਹਨਾਂ ਦੇ ਘਰੋਂ ਚਾਰ ਬੋਰੀਆਂ ਕਣਕ 13,000 ਰੁਪਈਆ ਨਾਲ ਉਹਦੀਆਂ ਕੰਨਾਂ ਦੀਆਂ ਜਿਹੜੀਆਂ ਵਾਲੀਆਂ ਅਤੇ ਇੱਕ ਬੱਕਰਾ ਜਿਹੜਾ ਉਹ ਚੋਰੀ ਕਰਕੇ ਲੈ ਗਏ ਜੇ ਜੋ ਕਿ ਇਨਫੋਰਮੇਸ਼ਨ ਮਿਲਣ 'ਤੇ SHO ਸਿਟੀ ਨੇ ਆਪਣੀ ਟੀਮ ਦੇ ਨਾਲ ਉੱਥੇ ਪਹੁੰਚ ਕੇ ਸਾਰਾ ਸਿਸਟਮ ਜਿਹੜਾ ਟੈਕਨੀਕਲ ਹੈਲਪ ਜਿਹੜਾ CCTVs ਅਤੇ ਹੋਰ ਮੋਬਾਈਲਸ ਵਗੈਰਾ ਦੀ ਲੋਕੇਸ਼ਨਸ ਵਗੈਰਾ ਦਾ ਡੰਪਸ ਚੁੱਕ ਕੇ ਸਾਰਾ ਟੈਕਨੀਕਲ ਦੇਖਦੇ ਹੋਏ ਇਹ ਜਿਹੜੇ ਪੰਜ ਵਿਅਕਤੀ ਸੀਗੇ ਨਾਲ ਦੋ ਦਿਨ ਦੇ ਵਿੱਚ ਹੀ ਜਿਹੜਾ ਵਾ ਪੰਜਾਂ ਦੇ ਪੰਜ ਜਿਹੜੇ ਹੈਗੇ ਆ ਸਾਰੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਜਿਹੜਾ ਇਹਨਾਂ ਕੋਲ 10,000 ਰੁਪਏ ਜਿਹੜਾ ਚੋਰੀ ਸ਼ੁਦਾ ਸੀਗਾ ਉਹ ਵੀ ਬਰਾਮਦ ਕਰ ਲਿਆ ਗਿਆ ਵਾ ਔਰ ਬਾਕੀ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਰੀਕੇ ਨਾਲ ਵੀ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਇਸ ਤਰੀਕੇ ਦੀਆਂ ਅਤੇ ਸਰ ਇਹਨਾਂ 'ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਹਾਂ ਉਹ ਜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਉਹ ਵੀ ਦੇਖਦੇ ਹਾਂ ਵੀ ਹੋਰ ਇਹਨਾਂ ਨੇ ਕੀਤੀਆਂ ਕਿ ਇਹ ਸਰ ਗੁਰਦੁਆਰੇ ਨਾਲ ਕਿਸੇ ਨਾਲ ਸੰਬੰਧ ਕਰਦੇ ਰੱਖਦੇ ਆ ਜਾਂ ਮਤਲਬ ਕਿ ਜਦੋਂ ਇਹ ਘਰਾਂ 'ਚ ਮੰਗਣ ਜਾਂਦੇ ਕਿਸੇ ਗੁਰਦੁਆਰੇ ਨੂੰ ਲੈ ਕੇ ਮੰਗਦੇ ਆ ਜਾਂ ਆਪਣਾ ਇਹਨਾਂ ਨੇ ਕੋਈ ਗਰੋਹ ਬਣਾਇਆ ਨਹੀਂ ਇਹ ਆਪਣਾ ਗਰੋਹ ਹੀ ਬਣਾਇਆ ਜੀ ਜਿਹੜੇ ਕੋਈ ਗੁਰਦੁਆਰੇ ਦੇ ਨਾਲ ਸੰਬੰਧ ਨਹੀਂ ਇਹੋ ਜਿਹੇ ਕ੍ਰਿਮੀਨਲ ਬੰਦਿਆਂ ਦਾ ਕੋਈ ਹੋ ਸਕਦਾ ਸਿਰਫ ਇਹ ਹੈ ਵੀ ਇੱਕ ਨਿਹੰਗ ਵਾਲੇ ਨੂੰ ਮਿਸਯੂਜ਼ ਕਰ ਰਹੇ ਆ ਨਿਹੰਗ ਵਾਲੇ ਦੇ ਵਿੱਚ ਕ੍ਰਿਮੀਨਲ ਸੀਗੇ ਜੀ ਅਸੀਂ ਇਹਨਾਂ ਨੂੰ ਨਿਹੰਗ ਵੀ ਨਹੀਂ ਕਹਿ ਸਕਦੇ ਇਹ ਨਿਹੰਗ ਵਾਲੇ 'ਚ ਕ੍ਰਿਮੀਨਲ ਬੰਦੇ ਨੇ ਠੀਕ ਅਤੇ ਸਾਰਾ ਕੁਝ ਬਰਾਮਦ ਹੋ ਗਿਆ ਨਹੀਂ ਜਦੋਂ ਕੋਈ ਕੈਸ਼ ਬਰਾਮਦ ਹੋ ਗਿਆ ਵੈ ਜੀ ਅਤੇ ਬਾਕੀ ਜਿਹੜਾ ਇਹਨਾਂ ਦੇ ਕੋਲੋਂ ਅਸੀਂ ਇਹਨਾਂ ਦੀ ਅਰੈਸਟ ਪਾ ਕੇ ਪੁਲਿਸ ਰਿਮਾਂਡ 'ਤੇ ਲੈ ਕੇ ਬਾਕੀ ਵੀ ਸਾਰਾ ਜਿਹੜਾ ਬਰਾਮਦ ਕਰਾਂਗੇ ਸਰ ਇਹਨਾਂ ਦੇ ਨਾਮ ਵਗੈਰਾ ਕੀ ਹੈਗੇ ਕਿੱਥੇ ਦੇ ਰਹਿਣ ਵਾਲੇ ਇਹਨਾਂ ਦੇ ਨਾਮ ਜੀ ਇੱਕ ਲਾਭ ਸਿੰਘ ਹੈ ਜੀ ਲਾਭ ਸਿੰਘ ਪਿਆਰਾ ਸਿੰਘ ਅਤੇ ਸੁਖਵਿੰਦਰ ਸਿੰਘ ਹੈਗੇ ਆ ਇਹ ਤਿੰਨੇ ਹੈਗੇ ਆ ਜੀ ਆਪਣੇ ਜਲੰਧਰ ਦੇ ਰਹਿਣ ਵਾਲੇ ਨੇ ਗੁਰਨਾਥਪੁਰਾ ਜਲੰਧਰ ਰਹਿਣ ਵਾਲੇ ਆ ਇੱਕ ਜਤਿੰਦਰ ਹੈ ਇਹ ਨੂਹੀਆਂ ਦਾ ਰਹਿਣ ਵਾਲਾ ਹੈ ਜੀ ਅਤੇ ਇੱਕ ਮਨਜੀਤ ਸਿੰਘ ਹੈਗਾ ਇਹ ਨੂਰਪੁਰ ਦਾ ਰਹਿਣ ਵਾਲਾ ਹੈ ਮਕਸੂਦਾ ਦਾ ਇਹ ਗੱਡੀ ਇਹਨਾਂ ਦੀ ਆਪਣੀ ਕਿ ਵੀ ਕੋਈ ਹਾਂ ਗੱਡੀ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਗੱਡੀ ਜਿਹੜੀ ਬਲੈਰੋ ਗੱਡੀ ਹੈ ਇਹਨਾਂ ਦੇ ਕੋਲ ਉਹ ਗੱਡੀ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਗੱਡੀ ਕਿਹਦੇ ਨਾਂ 'ਤੇ ਹੈ ਕੀ ਜਿਹੜਾ ਉਹ ਵੀ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਇਹਨਾਂ ਕੋਲ ਹਥਿਆਰ ਵਗੈਰਾ ਵੀ ਮਿਲੇ ਹਾਂ ਇਹਨਾਂ ਦੇ ਕੋਲ ਜੀ ਹੈਗਾ ਇੱਕ ਜਿਹੜਾ ਦੋ ਦਾਤਰ ਅਤੇ ਦੋ ਜਿਹੜੀਆਂ ਕਿਰਪਾਨਾਂ ਜਿਹੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਜਿਹੜੀਆਂ ਕਿ ਮੌਕਾ ਵਾਰਦਾਤ ਸਮੇਂ ਇਹਨਾਂ ਦੇ ਕੋਲ ਸੀਗੀਆਂ ਸਰ ਮਿਤੀ ਇੱਕ ਨਾ ਉਹਦੀ ਗੱਲ ਹੈ ਜੀ ਮੰਡੋਰੀ ਖਾਸ ਪਿੰਡ ਦੇ ਵਿੱਚੋਂ ਕਿ ਇਨਫੋਰਮੇਸ਼ਨ ਆਈ ਸੀ ਦਲਜੀਤ ਅਤੇ ਦਲਜੀਤ ਕੌਰ ਨਾਂ ਦੀ ਜਿਹੜੀ ਲੇਡੀ ਹੈ ਉਹਦੇ ਕੋਲੋਂ ਕੁਛ ਪੰਜ ਵਿਅਕਤੀ ਜਿਹੜੇ ਕਿ ਨਿਹੰਗ ਸਿੰਘਾਂ ਦੇ ਮਾਣੇ ਦੇ ਵਿੱਚ ਸੀਗੇ ਉਹ ਬਲੈਰੋ ਗੱਡੀ 'ਤੇ ਆਏ ਅਤੇ ਉਹਨਾਂ ਦੇ ਘਰੋਂ ਚਾਰ ਬੋਰੀਆਂ ਕਣਕ 13,000 ਰੁਪਈਆ ਨਾਲ ਉਹਦੀਆਂ ਕੰਨਾਂ ਦੀਆਂ ਜਿਹੜੀਆਂ ਵਾਲੀਆਂ ਅਤੇ ਇੱਕ ਬੱਕਰਾ ਜਿਹੜਾ ਉਹ ਚੋਰੀ ਕਰਕੇ ਲੈ ਗਏ ਜੇ ਜੋ ਕਿ ਇਨਫੋਰਮੇਸ਼ਨ ਮਿਲਣ 'ਤੇ SHO ਸਿਟੀ ਨੇ ਆਪਣੀ ਟੀਮ ਦੇ ਨਾਲ ਉੱਥੇ ਪਹੁੰਚ ਕੇ ਸਾਰਾ ਸਿਸਟਮ ਜਿਹੜਾ ਟੈਕਨੀਕਲ ਹੈਲਪ ਜਿਹੜਾ CCTVs ਅਤੇ ਹੋਰ ਮੋਬਾਈਲਸ ਵਗੈਰਾ ਦੀ ਲੋਕੇਸ਼ਨਸ ਵਗੈਰਾ ਦਾ ਡੰਪਸ ਚੁੱਕ ਕੇ ਸਾਰਾ ਟੈਕਨੀਕਲ ਦੇਖਦੇ ਹੋਏ ਇਹ ਜਿਹੜੇ ਪੰਜ ਵਿਅਕਤੀ ਸੀਗੇ ਨਾਲ ਦੋ ਦਿਨ ਦੇ ਵਿੱਚ ਹੀ ਜਿਹੜਾ ਵਾ ਪੰਜਾਂ ਦੇ ਪੰਜ ਜਿਹੜੇ ਹੈਗੇ ਆ ਸਾਰੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਜਿਹੜਾ ਇਹਨਾਂ ਕੋਲ 10,000 ਰੁਪਏ ਜਿਹੜਾ ਚੋਰੀ ਸ਼ੁਦਾ ਸੀਗਾ ਉਹ ਵੀ ਬਰਾਮਦ ਕਰ ਲਿਆ ਗਿਆ ਵਾ ਔਰ ਬਾਕੀ ਹੋਰ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਰੀਕੇ ਨਾਲ ਵੀ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਇਸ ਤਰੀਕੇ ਦੀਆਂ ਅਤੇ ਸਰ ਇਹਨਾਂ 'ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਹਾਂ ਉਹ ਜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਉਹ ਵੀ ਦੇਖਦੇ ਹਾਂ ਵੀ ਹੋਰ ਇਹਨਾਂ ਨੇ ਕੀਤੀਆਂ ਕਿ ਇਹ ਸਰ ਗੁਰਦੁਆਰੇ ਨਾਲ ਕਿਸੇ ਨਾਲ ਸੰਬੰਧ ਕਰਦੇ ਰੱਖਦੇ ਆ ਜਾਂ ਮਤਲਬ ਕਿ ਜਦੋਂ ਇਹ ਘਰਾਂ 'ਚ ਮੰਗਣ ਜਾਂਦੇ ਕਿਸੇ ਗੁਰਦੁਆਰੇ ਨੂੰ ਲੈ ਕੇ ਮੰਗਦੇ ਆ ਜਾਂ ਆਪਣਾ ਇਹਨਾਂ ਨੂੰ ਕੋਈ ਗਰੋਹ ਬਣਾਇਆ ਨਹੀਂ ਇਹ ਆਪਣਾ ਗਰੋਹ ਹੀ ਬਣਾਇਆ ਜੀ ਜਿਹੜੇ ਕੋਈ ਗੁਰਦੁਆਰੇ ਦੇ ਨਾਲ ਸੰਬੰਧ ਨਹੀਂ ਇਹੋ ਜਿਹੇ ਕ੍ਰਿਮੀਨਲ ਬੰਦਿਆਂ ਦਾ ਕੋਈ ਹੋ ਸਕਦਾ ਸਿਰਫ ਇਹ ਹੈ ਵੀ ਇੱਕ ਨਿਹੰਗ ਵਾਲੇ ਨੂੰ ਮਿਸਯੂਜ਼ ਕਰ ਰਹੇ ਆ ਨਿਹੰਗ ਵਾਲੇ ਦੇ ਵਿੱਚ ਕ੍ਰਿਮੀਨਲ ਸੀਗੇ ਜੀ ਅਸੀਂ ਇਹਨਾਂ ਨੂੰ ਨਿਹੰਗ ਵੀ ਨਹੀਂ ਕਹਿ ਸਕਦੇ ਇਹ ਨਿਹੰਗ ਵਾਲੇ 'ਚ ਕ੍ਰਿਮੀਨਲ ਬੰਦੇ ਨੇ ਠੀਕ ਅਤੇ ਸਾਰਾ ਕੁਝ ਬਰਾਮਦ ਹੋ ਗਿਆ ਨਹੀਂ ਜਦੋਂ ਕੋਈ ਕੈਸ਼ ਬਰਾਮਦ ਹੋ ਗਿਆ ਵੈ ਜੀ ਅਤੇ ਬਾਕੀ ਜਿਹੜਾ ਇਹਨਾਂ ਦੇ ਕੋਲੋਂ ਅਸੀਂ ਇਹਨਾਂ ਦੀ ਅਰੈਸਟ ਪਾ ਕੇ ਪੁਲਿਸ ਰਿਮਾਂਡ 'ਤੇ ਲੈ ਕੇ ਬਾਕੀ ਵੀ ਸਾਰਾ ਜਿਹੜਾ ਬਰਾਮਦ ਕਰਾਂਗੇ ਸਰ ਇਹਨਾਂ ਦੇ ਨਾਮ ਵਗੈਰਾ ਕੀ ਹੈਗੇ ਕਿੱਥੇ ਦੇ ਰਹਿਣ ਵਾਲੇ ਇਹਨਾਂ ਦੇ ਨਾਮ ਜੀ ਇੱਕ ਲਾਭ ਸਿੰਘ ਹੈ ਜੀ ਲਾਭ ਸਿੰਘ ਪਿਆਰਾ ਸਿੰਘ ਅਤੇ ਸੁਖਵਿੰਦਰ ਸਿੰਘ ਹੈਗੇ ਆ ਇਹ ਤਿੰਨੇ ਹੈਗੇ ਆ ਜੀ ਆਪਣੇ ਜਲੰਧਰ ਦੇ ਰਹਿਣ ਵਾਲੇ ਨੇ ਗੁਰਨਾਥਪੁਰਾ ਜਲੰਧਰ ਰਹਿਣ ਵਾਲੇ ਆ ਇੱਕ ਜਤਿੰਦਰ ਹੈ ਇਹ ਨੂਹੀਆਂ ਦਾ ਰਹਿਣ ਵਾਲਾ ਹੈ ਜੀ ਅਤੇ ਇੱਕ ਮਨਜੀਤ ਸਿੰਘ ਹੈਗਾ ਇਹ ਨੂਰਪੁਰ ਦਾ ਰਹਿਣ ਵਾਲਾ ਹੈ ਮਕਸੂਦਾ ਦਾ ਇਹ ਗੱਡੀ ਇਹਨਾਂ ਦੀ ਆਪਣੀ ਕਿ ਵੀ ਕੋਈ ਹਾਂ ਗੱਡੀ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਗੱਡੀ ਜਿਹੜੀ ਬਲੈਰੋ ਗੱਡੀ ਹੈ ਇਹਨਾਂ ਦੇ ਕੋਲ ਉਹ ਗੱਡੀ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਗੱਡੀ ਕਿਹਦੇ ਨਾਂ 'ਤੇ ਹੈ ਕੀ ਜਿਹੜਾ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਰ ਇਹਨਾਂ ਕੋਲ ਹਥਿਆਰ ਵਗੈਰਾ ਵੀ ਮਿਲੇ ਹਾਂ ਇਹਨਾਂ ਦੇ ਕੋਲ ਜੀ ਹੈਗਾ ਇੱਕ ਜਿਹੜਾ ਦੋ ਦਾਤਰ ਅਤੇ ਦੋ ਜਿਹੜੀਆਂ ਕਿਰਪਾਨਾਂ ਜਿਹੜੀਆਂ ਉਹ ਵੀ ਬਰਾਮਦ ਕੀਤੀਆਂ ਗਈਆਂ ਜਿਹੜੀਆਂ ਕਿ ਮੌਕਾ ਵਾਰਦਾਤ ਸਮੇਂ ਇਹਨਾਂ ਦੇ ਕੋਲ ਸੀਗੀਆਂ ਸਰ